ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਕਾਂਗਰਸ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਕਈ ਮੰਤਰੀ ਸ਼ਾਮਿਲ ਹੋਏ ਨੇ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਆਖਿਆ ਕਿ ਇਸ ਹਾਦਸੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਨਹੀਂ ਬਲਕਿ ਕੇਂਦਰ ਅਤੇ ਰੇਲਵੇ ਦੀ ਜ਼ਿੰਮੇਵਾਰੀ ਬਣਦੀ ਹੈ, ਲੇਕਿਨ ਉਹ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਰਹੇ ਨੇ। ਉਹਨਾਂ ਆਖਿਆ ਕਿ ਇਸ ਹਾਦਸੇ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਸੰਬੰਧੀ ਮੀਟਿੰਗ ਕੀਤੀ ਗਈ ਹੈ। ਉਹਨਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਪਰਿਵਾਰਾਂ ਨੇ ਆਪਣਿਆਂ ਨੂੰ ਖੋਇਆ, ਉਹਨਾਂ ਦੀ ਜ਼ਿੰਦਗੀ ਨੂੰ ਦੁਬਾਰਾ ਪਟਰੀ 'ਤੇ ਲਿਆਉਣ ਲਈ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਇਸਦੇ ਨਾਲ ਹੀ ਉਹਨਾਂ ਆਖਿਆ ਕਿ ਰੇਲਵੇ ਨੇ ਇੱਕ ਹੀ ਦਿਨ ਵਿੱਚ ਕਲੀਨ ਚਿੱਟ ਦਿੱਤੀ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਅੰਮ੍ਰਿਤਸਰ ਵਿੱਚ FIR ਵੀ ਦਰਜ ਕਰਵਾਈ ਜਾਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੀ ਔਰ ਸੇ ਹਦਾਇਤੇ ਜਾਰੀ ਹੋਈ ਹੈ ਕਿ ਤਮਾਮ ਵੋ ਫੈਮਲੀਓ ਕੇ ਬਾਰੇ ਮੇਂ ਜਿਨਕੇ ਪਰਿਵਾਰ ਕੇ ਲੋਕ ਸਦਾ ਕੇ ਲੀਏ ਜੁਦਾ ਹੋ ਗਏ ਔਰ ਬਹੁਤ ਸੇ ਘਰੋਂ ਕੇ ਚਿਰਾਗ ਬੁਝ ਗਏ ਹੈ, ਉਨ ਜ਼ਿੰਦਗੀਓ ਕੋ ਉਨ ਫੈਮਲੀਓ ਕੋ ਦੁਬਾਰਾ ਸੇ ਜ਼ਿੰਦਗੀ ਕੀ ਰਫਤਾਰ ਮੇਂ ਜੋੜਨੇ ਕੇ ਲੀਏ ਯੇ ਮੀਟਿੰਗੇ ਹੋ ਰਹੀ ਹੈ ਔਰ ਸਭ ਲੋਕ ਮਿਲ ਕੇ ਯੇ ਵਿਚਾਰ ਕਰ ਰਹੇ ਹੈ। ਔਰ ਦੂਸਰੀ ਬਾਤ ਮੈਂ ਇੱਕ ਸਪਸ਼ਟ ਕਹਿਣਾ ਚਾਹਤਾ ਹੂੰ ਕਿ ਯੇ ਜੋ ਰੇਲਵੇ ਨੇ ਇੱਕ ਦਿਨ ਮੇਂ ਜੋ ਕਲੀਨ ਚਿੱਟ ਦੀ ਹੈ, ਹਮ ਸਭ ਕੋ ਉਸ ਪੇ ਆਬਜੈਕਸ਼ਨ ਹੈ। ਹਮ ਸਮਝਤੇ ਹੈ ਕਿ ਅਗਰ 100% ਕਿਸੇ ਕੀ ਗਲਤੀ ਹੈ ਤੋ ਵੋ ਕੇਂਦਰ ਸਰਕਾਰ ਕੀ ਹੈ ਔਰ ਰੇਲਵੇ ਡਿਪਾਰਟਮੈਂਟ ਕੀ ਹੈ ਔਰ ਜੋ ਜੋੜਾ ਫਾਟਕ ਹੈ ਉਸ ਮੇਂ 3 ਮੁਲਾਜ਼ਮ ਉਨਕੇ ਕਰਮਚਾਰੀ ਉੱਪਰ ਸੇ ਦੇਖ ਰਹੇ ਕਿਆ ਹੋ ਰਹਾ ਹੈ ਔਰ ਵਹਾਂ ਕੰਟਰੋਲ ਰੂਮ ਹੈ ਔਰ 130 ਕੀ ਸਪੀਡ ਪੇ ਯੇ ਆਪ ਟ੍ਰੇਨ ਲੈ ਕਰਕੇ ਆ ਰਹੇ ਹੋ ਔਰ ਹਾਦਸਾ ਕਰਕੇ ਰੋਂਦ ਕੇ ਲੈ ਗਏ ਹੋ ਔਰ ਆਪਣੇ ਕੋ ਕਸੂਰਵਾਰ ਨਹੀਂ ਦਿਖਤੇ। ਹਮ ਸਮਝਤੇ ਹੈ ਕਿ ਕਸੂਰ ਰੇਲਵੇ ਕਾ ਹੈ ਔਰ ਇਸਕੇ ਲੀਏ ਇਨਕੁਆਇਰੀ ਕਰਵਾਏਂਗੇ ਔਰ ਉਨਕੇ ਖਿਲਾਫ਼ FIR ਵੀ ਯਹਾਂ ਦਰਜ ਕਰੇਂਗੇ।